20 किलो ਦਾ ਹਾਂ ਉਹਦਾ ਰੇਟ ਹੈ 45000 ਰੁਪਇਆ ਹਾਂ ਪੰਜੇ ਬੱਚੇ ਲੈਣ ਦੇ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਹੈ ਅੱਛਾ ਪੂਰੇ ਆ ਜੇ 45000 ਦੇ ਸਾਥ ਬੱਚੇ ਮਿਲਣ ਦੇ ਅਗਰ ਦੋਸਤ ਦਰਾਦ ਲੈਣਾ ਚਾਹੇ ਫਟਿਆਂ ਨਾਲ ਇਹ ਨਾ ਇਹਨੇ ਫਟਿਆਂ ਤੇ ਹੁੰਦੇ ਤੇ ਨਾ ਇਹ ਫਟਿਆਂ ਨਾਲ ਮਿਲਦੇ ਨੇ ਨਹੀਂ ਮਿਲਦੇ ਇਹ ਕੁਰਬਾਨੀ ਦਾ ਮਾਲ ਹੈ ਕੁਰਬਾਨੀ ਦੇ ਮਾਲ ਤੇ ਸੋਨ ਗਿਣਿਆ ਜਾਂਦਾ ਹੈ ਗੋਸ਼ਤ ਨਹੀਂ ਗਿਣਿਆ ਜਾਂਦਾ ਤੁਸੀਂ ਗੋਸ਼ਤ ਹੀ ਕਰਨਾ ਹੈ ਤੇ ਫਿਰ ਤੋਲ ਕੇ ਕਰ ਲਓ ਗੋਸ਼ਤ ਕਿਸੇ ਕੋਲ ਲਓ ਮਿਲ ਜਾਏਗਾ ਸੱਚ ਨਹੀਂ ਆਪਾਂ ਇਹ ਪਹਿਲੇ ਨਵੈਡ ਜੇ ਤੇ ਅਜੇ ਤਕਰੀਬਨ ਇਹਦਾ ਕੋਈ 10-15 ਦਿਨ ਰਹਿੰਦੇ ਨੇ ਸੋਨ ਵਾਲੇ ਅੱਛਾ ਤੇ ਇਹ ਆਪਾਂ ਦੇਣੀ ਹੈ 2,60,000 ਰੁਪਏ ਦੀ 2,60,000 ਦੀ ਹਾਂਜੀ ਮਾਸ਼ਾਅੱਲਾ ਚੱਡਾ ਵੇਖੋ ਜੀ ਮਾਸ ਤਿਆਰ ਹੈ ਹਾਂ ਅਜੇ ਨਾ ਪਹਿਲਾਂ ਕੋਈ 10 ਕੁ ਦਿਨ ਲੈਂਦੀ ਹੈ ਜੱਟਾ ਮਿਲਾ ਆਣੀ ਹੈ ਅੱਛਾ ਅੱਛਾ ਜੀ ਤਿਆਰ ਹੈ ਮੰਡੀਆਂ ਦਾ ਨਾ ਉਪਾਰ ਦੀ ਹੈਗੀ ਹੈ ਅੱਛਾ ਅੱਛਾ ਕਾਰ ਦੀ 3 ਲੱਖ ਤੋਂ ਆਦ ਨਾਲ ਆਦ ਵੱਜ ਜਾਏ ਆਦ ਨਾਲ ਆਦ ਨਾ ਵਧੇ 1 ਲੱਖ ਰੁਪਇਆ ਬਚਾਵੇ ਨਾ ਬੱਚਾ ਤੇ ਬੜੀ ਅੱਲਾ ਦੀ ਰੋਜ਼ੀ ਹੈ ਬੰਦੇ ਹੁਣ 50-50 ਲੱਖ ਲਾ ਕੇ ਜਾਂਦੇ ਪਏ ਨੇ ਤੇ ਉੱਥੇ ਪਤਾ ਨਹੀਂ ਸੈੱਟ ਹੋਣਾ ਹੈ ਜਾਂ ਨਹੀਂ ਹੋਣਾ ਜਿਹੜਾ 50 ਲੱਗ ਗਿਆ ਉਹ ਵਾਪਸ ਨਹੀਂ ਮਿਲਣਾ ਨਹੀਂ ਮਿਲਣਾ ਵਾਪਸ ਉਹ 50 ਹੋਰ ਲਾ ਕੇ ਤਾਂ ਆਪਣਾ ਬੰਦਾ ਵਾਪਸ ਮੰਗਾਣਾ ਦੇ ਸਹੀ ਗੱਲ ਹੈ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਸ਼ੁਰੂ ਅੱਲਾਹ ਕੇ ਨਾਮ ਸੇ ਜੋ ਬੜਾ ਮਿਹਰਬਾਨ ਨਹਾਇਤ ਰਹਿਮ ਕਰਨੇ ਵਾਲਾ ਹੈ ਦੋਸਤੋ ਬਜ਼ੁਰਗੋ ਆਪ ਦੇਖ ਰਹੇ ਹੈ ਆਪਣਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ बिजनेस टॉक्स ऑफिशियल विद ए जी अदर हाँ फेसबुक पेज है और टिकटॉक के नाम पर भी बिजनेस टॉक्स ऑफिशियल बना हुआ है कोई उधर भी शॉर्ट वीडियो देखना चाहता है तो टिकटॉक पर भी आए और इंस्टाग्राम पर भी और इसके साथ साथ स्नेक पर भी तो आज फिर माशाल्लाह क्वालिटी चेक करें मैं बातें ज़्यादा नहीं करता आपको पता ही है फिर आप कहेंगे ए जी भाई आप तरीफे की पुल बांध देते हैं और व्यापारी ज़रात आसमान पर चले जाते हैं ऐसा नहीं है माशाल्लाह जो चीज अच्छी हो उसकी तारीफ तो करनी पड़ती है क्वालिटी चेक करें माल चेक करें माशाल्लाह खूबसूरती में भी माल अच्छा है तो चलते हैं इरफान साहब के पास और उन्हीं की जबानी सबको वीडियो को मुकम्मल देखना है वीडियो को आगे पीछे नहीं करना सब कुछ भाई इरफान साहब की जबानी अस्सलाम वालेकुम वालेकुम सलाम जी जट साहब की हाल ताडे अल्लाह का शुक्र है जी बाबा तरकड़े रहंदे हो सब तो पहला मेरे वेखण वालों नूं आपदा तारफ करा दियो मेरा नाम इरफान है हाँ जी जिला उकाड़ा तहसील दोपालपुर डाकखाना राजवाल अच्छा राजवाल तो 2 किलोमीटर ते पेट्रोल चौकी है ते कौड़े स्याल स्टाप है हाँ जी उधर तो 1 किलोमीटर अंदर है चौक 2D बलोचा वाली मेरा पिंड है अच्छा नंबर 03018552228 काल ना चुका व्हाट्सएप ते जरूर राबता करांगा इंशाल्लाह जट साहब गल्ला साफ बच्चे वड्डे किन्ने ने ते निक्के किन्ने ने वड्डे बच्चे अज अपने कोल खड़े ने 20 बच्चे दी लाट है टोटल 20 बच्चे खड़े टोटल 20 बच्चे ने ते निक्के बच्चे हैगे ने 10 निक्के बच्चे ने 10 हां जी अच्छा जी क्या बात है जी 10 बच्चे लाट ओ है ते 20 बच्चे जी टोटल हो गए 30 बच्चे जी जी ਅੱਜ ਮੇਰੀ ਫੈਮਿਲੀ ਵਾਸਤੇ ਕੀ ਮੁਹੱਬਤਾਂ ਲੈ ਕੇ ਆਏ ਜੇ ਅੱਜ ਆਪਾਂ ਭਰਾ ਵਾਸਤੇ ਜ਼ਿਆਦਾ ਮਾਲ ਕੋਈ ਨਹੀਂ ਨਾ ਆਪਾਂ ਜ਼ਿਆਦਾ ਮੰਗਣੇ ਨੇ ਜਿੰਨੇ ਦਾ ਮਾਲ ਹੋਵੇ ਤਾਂ ਜਿੰਨਾ ਮਾਲ ਦੇ ਮੂੰਹ ਤੇ ਪਵੇ ਤਾਂ ਆਪਾਂ ਉਹਨਾਂ ਹੀ ਰੇਟ ਕਰੀ ਆਕੀਦਾ ਅੱਛਾ ਜਿਆਦ ਮੁਨਾਸਬ ਰੋਜ਼ੀ ਲੈ ਕੇ ਆਪਾਂ ਰੇਟ ਦੱਸੀਦਾ ਇਹ ਨਹੀਂ ਹੈਗਾ 15-15 ਹਜ਼ਾਰ 20-20 ਹਜ਼ਾਰ ਰੱਖ ਕੇ ਤੇ ਆਪਾਂ ਮਾਲ ਕਦੇ ਨਹੀਂ ਦੱਸਿਆ ਅੱਛਾ ਜੀ ਠੀਕ ਹੋ ਗਿਆ ਹਾਂਜੀ ਇਹਨਾਂ ਦਾ ਰੇਟ ਹੈਗਾ ਅੱਜ 91,000 ਰੁਪਇਆ ਅੱਛਾ ਹਾਂਜੀ 91,000 ਰੁਪਇਆ ਪੂਰੇ ਪੰਜਾਬ ਦੀ ਡਿਲੀਵਰੀ ਦੇਵਾਂਗੇ 91,000 ਰੁਪਇਆ ਜੀ 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 ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਇਹਨਾਂ ਵਿੱਚੋਂ ਬੱਚਿਆਂ ਵਿੱਚੋਂ ਕੋਈ ਲੂਲਾ ਲੰਗੜਾ ਕਾਣਾ ਕੋਈ ਮਸਲਾ ਮਸਾਇਲ ਕਿਸੇ ਅਮਰ ਦਾ ਵੀ ਕੋਈ ਨੁਕਸ ਹੋਵੇ ਦਾ ਤੋ ਜਾਨਵਰ ਆਪਣਾ ਹੋਏਗਾ ਪੱਕੀ ਗਾਰੰਟੀ ਹੈ ਜੀ ਪੱਕੀ ਗਾਰੰਟੀ ਹੈ ਜੱਟ ਸਾਹਿਬ ਜਿੰਨਾ ਵਜ਼ਨ ਕਾਗੇ ਉਹਨਾ ਵਜ਼ਨ ਵੀ ਨਾ ਨਿਕਲੇ ਤਾਂ ਵੀ ਗਾਰੰਟੀ ਦੇਵਾਂਗੇ ਇਹ ਨਹੀਂ ਹੈਗਾ ਕੋਈ ਦਾਗ ਦੱਬੇ ਵਾਲਾ ਬੱਚੇ ਨੇ ਦੋ ਖੀਰੇ ਦੋ ਦੋਂਦੇ ਨੇ ਬਾਕੀ ਸਾਰੇ ਪੱਕੇ ਖੀਰੇ ਨੇ ਵਿਰਲਾ ਪਾਈ ਕਰਨ ਦੰਦ ਅੱਛਾ ਹਾਂਜੀ ਜਿਹੜੇ ਦੰਦ ਵਿਰਲਾ ਨਾ ਪਾਵਣ ਉਹ ਬੱਚੇ ਨਹੀਂ ਖੀਰ ਦੋਂਦੇ ਲੱਗਦੇ ਇਹ ਬੱਚੇ ਕੁਰਬਾਨੀ ਦੇ ਦੋ ਦੰਦ ਹੋ ਜਾਂਦੇ ਪੱਕੀ ਗਾਰੰਟੀ ਨਾਲ ਅਗਰ ਨਹੀਂ ਹੁੰਦੇ ਇਹ ਦੋਂਦ ਖੀਰਾ ਮੈਨੂੰ ਦੇ ਜਾਣ ਦੋਂਦਾ ਮੇਰੇ ਕੋਲ ਲੈ ਜਾ ਇਹ ਤੇ ਗੱਲ ਸਾਫ਼ ਹੈ ਮਾਸ਼ਾਅੱਲਾ ਗੱਲ ਤੋਂ ਵਾਜ਼ਾ ਪੈਗਾਮ ਕਰ ਦਿੱਤਾ ਕਿ ਅਗਰ ਮੇਰਾ ਖੀਰਾ ਬੱਚਾ ਰਹਿ ਜਾਵੇ ਉਹ ਵਜ਼ਨ ਦੇ ਹਿਸਾਬ ਦੇ ਨਾਲ ਉਹ ਜਾਂ ਦੋਂਦਾ ਦੇਵਾਂਗਾ ਹਾਂਜੀ ਪੱਕੀ ਗੱਲ ਹੈ ਨਾ ਪੱਕੀ ਗੱਲ ਹੈ ਅੱਛਾ ਅੱਜ ਇਹਨਾਂ ਦਾ ਵਜ਼ਨ ਕਿੰਨਾ ਮਾਸ਼ਾਅੱਲਾ ਕੱਦ ਨੂੰ ਤਾਂ ਵਾਵਾ ਲੱਗਦੇ ਪੈਣ ਇਰਫਾਨ ਭਾਈ ਜੀ ਕੱਦ ਇਹ ਨਹੀਂ ਹੈਗਾ ਆਪਾਂ ਬੰਦੇ ਕਹਿੰਦੇ ਨੇ ਵੀ ਤੁਸੀਂ ਜ਼ੂਮ ਕਰਕੇ ਏਜੀ ਕੋਲ ਵੀਡੀਓ ਬਣਵਾ ਦੇ ਜੇ ਹਾਂ ਅੱਜ ਤੱਕ ਕੋਈ ਵੀਡੀਓ ਮੈਂ ਤੁਹਾਨੂੰ ਆਖਿਆ ਵੀ ਜ਼ੂਮ ਕਰੋ ਜਾਂ ਵੱਡੀ ਕਰੋ ਜਾਂ ਥੱਲੇ ਕਰੋ ਜਾਂ ਉੱਤੇ ਕਰੋ ਨਾ ਕਦੇ ਨਹੀਂ ਜਿਵੇਂ ਦਾ ਮਾਲ ਮੇਰੇ ਕੋਲ ਆਉਣ ਮਾਲ ਨਾ ਲਵਣ ਆ ਕੇ ਮਾਲ ਚੈੱਕ ਕਰਨ ਉਸ ਤੋਂ ਬਾਅਦ ਬਿਆਨਾ ਦੇਣ ਆ ਸਹੀ ਗੱਲ ਹੈ ਉਸ ਤੋਂ ਬਾਅਦ ਬਿਆਨਾ ਦੇਣ ਫਿਰ ਪਹਿਲੇ ਮਾਲ ਨੂੰ ਚੈੱਕ ਕਰਨ ਇਹ ਨਾ ਆਖਣ ਵੀ ਬੰਦਾ ਵੀਡੀਓ ਚ ਕੁਝ ਦਿਸਦਾ ਬਹੁਤੇ ਆ ਰਹੀ ਹੈ ਤਾਂ ਕੋਈ ਦਿਸਦਾ ਆਪਾਂ ਜਿਵੇਂ ਦਾ ਮਾਲ ਵੀਡੀਓ ਚ ਵਿਖਾਈਦਾ ਉਵੇਂ ਦਾ ਮਾਲ ਆਪਾਂ
सोना माल है, गोना है, सब कुछ लाल भी लाल है, अज सारा माल ही लाल है। अच्छा सिर्फ एक काला एक चौलसानी चिट्टा है जी, आ चेक कर सकते बच्चे, माशाल्लाह सोहनिया चीजा ने। चौलस्तानी नसल दा नाफ चालर साहिवाल जी नहीं है, हाँ। कलर भी है, हाँ, साहिवाल नसल नहीं हुंदा फिर माड़े मोटे दाग चिट्टे निकल आवन ते होवे उबलाईती ते आख दिंदे ने जी ए चौलस्तानी। अच्छा ये गल सच्ची है। हां जी आ सारे माल वेख ले तुसी किन्नीयां लाटा मेरीयां लाई खले जे बढ़िया माशाल्लाह। एक तो दो दाने सिर्फ बदले हुंदे ने, हां बाकी साहिवाल नसल आपा लै के आई दी, आपा माल ज्यादा मेरी कोशिश हुंदी है जूं दा माल खरीदा, हां बाकी आर्डर ज्यादा आ जान ते फिर ना पंदा मंडी तो भी मेहनत करनी पैंदी है, माल मिल जांदा है लेकिन मेहनत ना मिलदा, नसल आला माल जेड़ा ना थोड़ी जी मेहनत करनी पैंदी है, थोड़ी जी मेहनत करनी पैंदी जी, थोड़ी जी खूबसूरती दे पैसे वाद लाने पैंदे, तुसी आंदे नसल भी चंगी होवे खूबसूरती भी चंगी होवे मिल जावे सानू सस्ता। ए आंदे ने जी नसल होवे सानू प्योर नसल दा मिले, हां कोशिश होवे सानू ब्राह्मण नसल मिले, हां ते पैसे असी भरिए काटू माल दे, हां ओ गल्ला गईयां, हां जी ओ 2019-18 गया, हां जी जदों तुसी ओ माल लैंदे साजी उस रेट ते वेखनो भरा जी, अगर कुछ तुसी माल खरीदना ते फैक्ट्री दा पैसे ते देना तुहाडा हक बनदा, हां ਤੁਸੀਂ ਨਾ ਦਿਓ ਕਣੇ ਬੰਦਿਆਂ ਦੇ ਹੁਣ ਫੈਕਟਰੀ ਦਾ ਰੇਟ 950 ਰੁਪਇਆ ਤੇ ਬਾਹਰ ਫੱਟੇ ਤੇ ਚੱਲਦਾ ਪਿਆ 800 ਰੁਪਇਆ, ਓਹੇ ਜੀ ਬਾਹਰ ਫੱਟੇ ਤੇ ਆ ਰੇਟ ਫੱਟਿਆ ਨਾਲ ਨਾ ਇਹਨੇ ਫੱਟਿਆ ਤੇ ਹੁੰਦੇ ਤੇ ਨਾ ਇਹ ਫੱਟਿਆ ਨਾਲ ਮਿਲਦੇ ਨੇ, ਨਹੀਂ ਮਿਲਦੇ, ਇਹ ਕੁਰਬਾਨੀ ਦਾ ਮਾਲ ਹੈ, ਕੁਰਬਾਨੀ ਦੇ ਮਾਲ ਤੇ ਸੋਨ ਗਿਣਿਆ ਜਾਂਦਾ ਹੈ, ਗੋਸ਼ਤ ਨਹੀਂ ਗਿਣਿਆ ਜਾਂਦਾ, ਤੁਸੀਂ ਗੋਸ਼ਤ ਹੀ ਕਰਨਾ ਹੈ ਤੇ ਫਿਰ ਤੋਲ ਕੇ ਕਰ ਲੋ, ਗੋਸ਼ਤ ਕਿਸੇ ਕੋਲ ਲਓ ਮਿਲ ਜਾਏਗਾ, ਸਹੀ ਗੱਲ ਹੈ, ਗੱਲ ਸਾਫ਼ ਹੈ, ਉੱਥੇ ਸੋਹਣੀ ਚੀਜ਼ ਦਾ ਮੁੱਲ ਨਹੀਂ ਪਾਇਆ ਜਾਂਦਾ, ਸੋਹਣੇ ਕੱਪੜੇ ਪਾਏ ਹੋਣ ਤੇ ਸੋਹਣੇ ਵੱਛੇ ਲਏ ਆਵਣ ਫਰਕ ਤਾਂ ਨਜ਼ਰ ਆ ਜਾਂਦਾ, ਪਰ ਮੈਲੇ ਹੋਣ ਤੇ ਉਹ ਵੀ ਮੈਲਾ ਹੋਵੇ, ਲੇਕਿਨ ਜੀ ਉਹਦਾ ਰੇਟ ਹੋਰ ਹੋਵੇ, ਦਾ ਸੋਹਣੇ ਕੱਪੜੇ ਦਾ ਰੇਟ ਹੋਰ ਹੈ, ਸੋਹਣੇ ਵੱਛਾਂ ਦਾ ਰੇਟ ਹੋਰ ਹੈ, ਹਾਂਜੀ ਉਹ ਹੀ ਜੋੜਾ ਜਿਹੜਾ ਤੁਹਾਨੂੰ 800 ਦਾ ਮਿਲ ਜਾਣਾ ਤੇ ਉਹ ਹੀ ਜੋੜਾ 4000 ਦਾ ਮਿਲਦਾ ਹੈ ਤਾਂ ਕੱਪੜਾ ਹੀ ਹੈ, ਕੱਪੜਾ ਹੀ ਹੈ, ਸਿਰਫ ਇੱਕ ਚੀਜ਼ ਦੀ ਬ੍ਰਾਂਡ ਹੁੰਦੀ ਹੈ, ਹਾਂ ਇੱਕ ਬ੍ਰਾਂਡ ਨਾ ਹੈ, ਅਰਫਾਨ ਇੱਕ ਬ੍ਰਾਂਡ ਹੈ, ਜੱਟ ਇੱਕ ਬ੍ਰਾਂਡ ਹੈ, ਚੀਜ਼ ਸੋਹਣੀ ਲੈ ਕੇ ਆਉਂਦਾ, ਮਾਸ਼ਾਅੱਲਾ ਕੁਆਲਿਟੀਆਂ ਵੀ ਚੈੱਕ ਕਰੋ, ਜਿਹੜੇ ਬਰਾ ਲੈ ਕੇ ਗਏ ਨੇ ਦੁਆਵਾਂ ਵੀ ਅੱਜ ਦਿੰਦੇ ਪੈਣੇ, ਤੇ ਚੋਲਸਤਾਨੀ ਇੱਕ ਇਹ ਬ੍ਰਾਂਡ ਨਾਪਲ ਨਸਲ ਗਿਣੀ ਜਾਂਦੀ ਹੈ ਤੇ ਗਰੋਥ ਕਰਨ ਵਾਲੀ ਗਿਣੀ ਜਾਂਦੀ ਹੈ, ਸਾਈਵਾਲ ਵੀ ਗਰੋਥ ਕਰਨ ਵਾਲੀ ਬਈ ਹਾਂ। ਅੱਛਾ ਹੁਣ ਇਹਨਾਂ ਦਾ ਵਜ਼ਨ ਮੈਂ ਕੋਲ ਪੁੱਛਿਆ ਸੀ, ਇਹਨਾਂ ਦਾ ਵਜ਼ਨ ਭਰਾ ਜੀ 210 215 ਤੇ 220 ਤੇ 200 ਕੇਜੀ, ਹੁਣ ਮੇਰਾ ਮਤਲਬ ਹਾਂ ਦਾ ਆ ਵੇਖੋ ਨਾ ਥੱਲੇ ਲੱਗਿਆ ਸੋਲੰਗ, ਮੈਂ ਆ ਸੋਲੰਗ ਲੱਗਿਆ ਜੇ ਮੈਂ ਥੱਲੇ ਖਲਾ ਜੇ, ਹੁਣ ਇਹ ਵੀ ਇਹਨਾਂ ਆਖਿਆ ਜੇ ਕਿ ਇਹ ਜੀ ਬਾਈ ਇੰਜ ਕਿਉਂ ਹੈ, ਆ ਕੋ ਪੈਰਾਂ ਤੇ ਉੱਚੇ ਪਿੱਛੋਂ ਨੀਵੇਂ, ਆ ਚੈੱਕ ਕਰ ਲਓ ਥੱਲੇ, ਕੋਈ ਚੱਕਰ ਹੱਤੇ ਤਾਂ ਬੱਦੇ ਨੇ ਜਿਹੜੇ ਵੀਡੀਓ ਬਣਾਈ ਅੱਗੇ ਪਿੱਛੇ ਨਿਕਲ ਆਉਂਦੇ ਨੇ ਉਹ ਫਿਰ ਸਵਾਦ ਨਹੀਂ ਬਜਦਾ, ਬਿਲਕੁਲ ਇਹ ਨਾ ਸਮਝਾ ਜੇ ਬੁੱਤੇ ਬੰਨੇ ਤੇ ਵੱਡੇ ਨਜ਼ਰ ਆਉਂਦੇ ਨੇ, ਉੱਡੇ ਹੀ ਨਹੀਂ ਉੱਡੇ ਨੇ, ਇਹਨੇ ਉੱਡੇ ਹੀ ਨਾ ਰਹਿਣਾ, ਵੱਡਾ ਛੋਟਾ ਨਹੀਂ ਹੁੰਦੇ, ਨਾ ਕੋਈ ਰਬੜ ਟੇਕੀ ਵਿੱਚ ਹੀ ਕਿਆ ਵੱਡੇ ਹੋ ਜਾਂਦੇ ਤੇ ਥੱਲੇ ਕਰ ਦਈਏ ਤੇ ਛੋਟੇ ਹੋ ਜਾਂਦੇ, ਆਪਾਂ ਚੀਜ਼ ਜਿਹੜੀ ਵਿਖਾਣੀ ਉਹ ਦੇਣੀ ਹੈ ਭਰਾਵਾਂ ਨੂੰ, ਅੱਛਾ ਨੰਬਰੀ ਨਹੀਂ ਕਰਨੀ, ਇਹਦੇ ਚ ਦੋ ਦੁੰਦੇ ਨੇ ਬਾਕੀ ਸਾਰੇ ਪੱਕੇ ਖੀਰੇ ਨੇ, ਸਾਰੇ ਪੱਕੇ ਖੀਰੇ, ਕੁਰਬਾਨੀ ਵਾਸਤੇ ਲੈਣਾ ਚਾਹੁੰਦੇ ਨੇ ਡਾਇਰੈਕਟ ਰਾਬਤਾ ਕਰੋ 0301 9855 228 ਤੇ ਮਾਸ਼ਾਅੱਲਾ ਮਾਲ ਸੋਹਣਾ ਕੁਆਲਿਟੀ ਵਾ, ਲੰਮੀਆਂ ਵੇਲਾਂ ਨੇ, ਆ ਚੈੱਕ ਕਰ ਲਓ ਲੰਮੇ ਲੰਮੇ ਬੱਚੇ ਨੇ, ਆਇਆ ਵੇਖੋ ਮਾਸ਼ਾਅੱਲਾ ਕਿਆ ਬਾਤ ਹੈ, ਜਿਹੜਾ ਆਖੋ ਦਾ ਬਾਹਰ ਕੱਢ ਕੇ ਚੈੱਕ ਕਰਾ, ਮਾਸ਼ਾਅੱਲਾ ਸੋਹਣੀਆਂ ਚੀਜ਼ਾਂ ਬੰਦਿਆਂ ਨੂੰ ਸ਼ਾਇਬ, ਅੱਛਾ ਇਹ ਤਾਂ 91000 ਦੇ ਹਿਸਾਬ ਦਾ ਸਾਰੀ ਰੇਟ ਤੁਹਾਨੂੰ ਦੱਸਿਆ ਹੈ, ਅਗਰ ਕੋਈ ਇੱਕਾ ਦੁੱਕਾ ਕੋਈ ਦੋਸਤ ਰਾਤ ਆਉਂਦਾ ਹੈ ਤੇ ਉਹਨੂੰ ਵੀ ਬੱਚਾ ਮਿਲ ਜਾਏਗਾ, ਮਿਲ ਜਾਏਗਾ ਮਿਲ ਜਾਏਗਾ, ਜਿਵੇਂ ਦਾ ਜਾਨਵਰ ਪਸੰਦ ਕਰੇ ਉਵੇਂ ਦਾ ਮਾਲ ਮਿਲੇਗਾ ਇਨਸ਼ਾਅੱਲਾ, ਇਹ ਨਹੀਂ ਹੈਗਾ ਆਪਾਂ ਕਿਸੇ ਭਰਾ ਨੂੰ ਨਾਰਾਜ਼ ਨਹੀਂ ਕਰਨਾ, ਜਾਇਜ਼ ਮੁਨਾਸਬ ਰੋਜ਼ੀ ਰੱਖ ਕੇ ਆਪਾਂ ਰੇਟ ਮਾਲ ਦੇਵਾਂਗੇ ਉਹਨਾਂ ਨੂੰ। ਅੱਛਾ ਠੀਕ ਹੋ ਗਿਆ ਜੀ, ਇਹ ਤਾਂ ਹੋ ਗਈ ਬੱਚਿਆਂ ਦੀ ਗੱਲਾਂ, ਸੁਣਿਆ ਆ ਵੀ ਵੇਚਣੀ ਹੈ, ਹਾਂਜੀ ਇਹ ਵੇੜ ਵੇਚਣੀ ਆਪਾਂ, ਇਹ ਪਹਿਲੇ ਨੂੰ ਵੇੜ ਜੇ ਤੇ ਅਜੇ ਤਕਰੀਬਨ ਇਹਦਾ ਕੋਈ 10-15 ਦਿਨ ਰਹਿੰਦੇ ਨੇ ਸੋਨ ਵਾਲੇ। ਅੱਛਾ
माशाल्लाह जी क्या बात है जी, माशाल्लाह गां लेना चाहते जी, जल्दी करो जी, इन्हें तो फायदा उठा लो। अच्छा नाल निक्के बच्चे खड़े सन, माशाल्लाह जी, नहीं चलो ठीक है जी, आ वेखो जी, माशाल्लाह जी, इधर चेक करो, नहीं अगर कोई दोस्त जरा छोटे लेना चाहता हो फिर मिल जाएंगे, छोटे लेना चाहता हो मिल जाएंगे, जिमे दा माल अकल दे जेड़ा ना 120 किलो दा उंदा रेट है 45,000 रुपया, पांच बच्चे लेने दे पूरे पंजाब दी डिलीवरी फ्री है। अच्छा पूरे आ जे 45,000 साथ बच्चे मिलन दे, अगर दोस्त जरा लेना चाहे ते जल्दी करो, कॉल उठाओ, फोन उठाओ, नंबर मिलाओ, ते भाई यार कोल माल लेके चले जाओ। मेरा भाई अज कुर्बानी दा माल लेके जांदे ने, अज है 90,000 रुपए दा, अगर इन्हां ते तुसी कुर्बानी दा खिदमत करदे जे ना, चोखे कोई ने लब्बे, सिर्फ कुर्बानी दा के तकरीबन 60-70,000 रुपया खर्चा करनगे, ए सेल होणगे अलहम्दुलिल्लाह अल्लाह दे हुक्म नाल, ए 3 लाख तो उत्ते सेल होणगे, 3 लाख तो उत्ते, आदना नाल बच जाए, आदना नाल ना वधे, 1 लाख रुपया बचावे ना बच्चा, ते बड़ी अल्लाह दी रोजी है, बहुत मेहरबानी 91,000 ਦੇ ਪੁੱਠੇ ਨਾਲ ਪੂਰੀ ਲਾਟ ਹੈ ਜੀ, ਪੂਰਾ ਪੰਜਾਬ ਹੋਮ ਡਿਲੀਵਰੀ ਫ੍ਰੀ, ਅਗਰ ਇੱਕਾ ਦੁੱਕਾ ਲੈਂਦਾ ਉਹ ਇੱਥੇ ਮਾਲ ਦੀ ਕੁਆਲਿਟੀ 'ਚ ਵੇਖ ਕੇ ਫਿਰ ਉਹਦਾ ਰੇਟ ਲੱਗੇਗਾ, ਇਵੇਂ ਹੋ ਸਕਦਾ ਤੁਹਾਡੇ ਦਿਲ 'ਚ ਵਸ ਵਸੇ ਪੈਦਾ ਹੋਣ ਤੇ ਖਿਆਲ ਪੈਦਾ ਹੋਣ, ਦਿਲ ਵਿੱਚ ਚੁਰਮੁਰ ਗੁਰਮੁਰ ਹੋਵੇ, ਨੂਰ ਨਜ਼ੀਰ ਦਾ ਕੌਲ ਜਿਵੇਂ ਜਿਵੇਂ ਗੱਲਾਂ ਕਰਦਾ ਦਿਲ ਵਿੱਚ ਚੁਰਮੁਰ ਨਾ ਹੋ ਜਾਵੇ, ਤੇ ਇਸ ਵਾਸਤੇ ਦਿਲ ਤਗੜਾ ਮਜ਼ਬੂਤ ਕਰਕੇ ਆਓ, ਇੱਕ ਇਰਫਾਨ ਬਾਈ ਨਾਲ ਖਿਦਮਤ ਦਾ ਮੌਕਾ ਦਿਓ, ਲਾਈਵ ਆਓ, ਉਹ ਲਾਈਵ ਕਹਿੰਦਾ ਤੁਸੀਂ ਸਾਡੇ ਕੋਲ ਲਾਓ, ਕਿਸਮਤ ਆਪਣੀ ਆਪਣੀ ਖਾਣੀ ਹੈ, ਕੋਈ ਮਸਲਾ ਮਸਾਇਲ ਨਹੀਂ, ਕੋਈ ਟੈਨਸ਼ਨ ਨਹੀਂ, ਬਿਲਾ ਜ ਮੇਨ ਰੋਡ ਦੇ ਉੱਤੇ ਬੈਠੇ ਨੇ, ਕਸੂਰ ਰੋਡ ਵੀ ਹੈ, ਦਪਾਲਪੁਰ ਰੋਡ ਵੀ ਹੈ, ਜ਼ਿਲ੍ਹਾ ਉਕਾੜਾ ਸ਼ਹਿਰ ਹੈ ਦਪਾਲਪੁਰ, ਉਹ ਰੋਡ ਵੱਜਦਾ, ਕਸੂਰ ਰੋਡ ਵੀ ਵੱਜਦਾ, ਭਾਵੇਂ ਇੱਥੋਂ ਸਿੱਧਾ ਮੁਲਤਾਨ ਵੀ ਪੜ ਸਕਦੇ ਜੇ, ਨਾਲੇ ਜੀ ਸਾਹਿਬ 5 ਸਾਲ ਹੋ ਗਏ ਨੇ ਕੰਮ ਕਰਦੇ, ਅੱਲਾ ਦੇ ਸ਼ੁਕਰ ਨਾਲ ਅੱਜ ਤੱਕ ਨਾ ਆਪਾਂ ਕਿਸੇ ਨੂੰ ਠੱਗੀ ਕਰਨ ਦਿੱਤੀ ਹੈ, ਤੇ ਨਾ ਹੀ ਠੱਗੀ ਆਪਣੇ ਨਾਲ ਹੋਈ ਹੈ, ਤੇ ਨਾ ਹੀ ਆਪਾਂ ਇਹਦਾ ਜ਼ਿਹਨ ਸੋਚਿਆ ਕਦੇ, ਕੰਮ ਆਨਲਾਈਨ ਦੇ ਵਿੱਚ ਕੰਮ ਹੁੰਦੇ ਪਏ ਨੇ, ਲੇਕਿਨ ਆਪਣਾ ਉਸ ਤਰ੍ਹਾਂ ਦਾ ਜ਼ਿਹਨ ਨਹੀਂ ਹੈ, ਜਿੰਨੀ ਕੋਈ ਰੱਬ ਰੋਜ਼ੀ ਦਿੰਦਾ ਪਿਆ ਨਾ, ਇਹ ਹੱਕ ਲਾਲ ਦੀ ਦਿੰਦਾ ਪਿਆ, ਇੰਨੇ ਚ ਅਸੀਂ ਨਹੀਂ ਨਾ ਰਜਦੇ, ਅਸੀਂ ਭਾਵੇਂ 50 ਲੱਖ ਕਿਸੇ ਦਾ ਖਾ ਜਾਵਾਂ ਨਾ, ਦਿਨ 4 ਹੀ ਨਿਕਲਣੇ ਨੇ, ਹਾਂਜੀ ਇਹ ਉਹ ਮੁੱਕ ਜਾਣਾ, ਹਾਂ ਉਹ ਇਹ ਨਹੀਂ ਹੈਗਾ ਪਤਾ ਨੂੰ, ਮੈਂ ਤੁਹਾਡੇ ਕੋਲ 50 ਲੱਖ ਜਾਂ 20 ਲੱਖ ਜਾਂ 1 ਲੱਖ ਰੁਪਈਆ ਕਿਸੇ ਦਾ ਖਾ ਜਾਣਾ, ਦਿਨ ਜ਼ਿਆਦਾ ਕੋਈ ਨਹੀਂ ਨਿਕਲਣੇ, ਸਾਲ ਨਿਕਲ ਜਾਸੀ, ਮੁੱਕਣਾ ਹੀ ਐਂਡ ਤੇ ਮੁੱਕਣਾ ਹੀ ਹੈ, ਲੇਕਿਨ 2 ਲੰਬਰੀ ਦੇ ਵਿੱਚ ਕਦੇ ਇੱਕ ਬੰਦਾ ਤਰੱਕੀ ਨਹੀਂ ਕਰ ਸਕਦਾ ਜੀ। ਠੀਕ ਹੈ ਸਰ, ਬਹੁਤ ਮਿਹਰਬਾਨੀ, ਦੁਆ ਜੀ ਯਾਦ ਰੱਖੋ, ਨੈਕਸਟ ਵੀਕ ਤੱਕ ਇੰਤਜ਼ਾਰ ਕਰੋ, अपने भाई अजय खान दो जास्त, अस्सलाम वालेकुम व रहमतुल्लाहि व बरकातहू।